ਤਾਂ ਮੇਨ ਰੋਡ ਦੇ ਉੱਤੇ ਗੇਟ ਬਣਿਆ ਹੋਇਆ ਜੀ, ਇੱਕ ਤਾਂ ਗੇਟ। ਇਹ ਸਾਰੀਆਂ ਚੀਜ਼ਾਂ ਜਦੋਂ ਇੱਥੇ ਖੁਦਾਈ ਹੋਈ ਹੈ ਨਾ ਉਦੋਂ ਨਿਕਲੀਆਂ ਨੇ ਇਹ। ਤੁਸੀਂ ਗੜਬੇ ਦੇਖ ਰਹੇ ਹੋ, ਖੰਡਾ ਦੇਖ ਰਹੇ ਹੋ ਜੀ। ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਆਪਾਂ ਪਹੁੰਚ ਕੇ ਇਧਰਲੇ ਪਾਸੇ ਸੋਨੋ ਪਹਿਲਾਂ ਸਾਹਮਣੇ ਜਿਹੜੀ ਤੁਸੀਂ ਆਹ ਨਦੀ ਦੇਖ ਰਹੇ ਹੋ ਨਾ, ਸੁੱਕੀ ਪਈ ਆ ਪਾਣੀ, ਸਿਰਫ ਥੋੜਾ ਜਿਹਾ ਉੱਤੇ। ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦਰਸ਼ਨ ਕਰਵਾਤੇ ਸੀ ਕਿਲਾ ਆਨੰਦਗੜ੍ਹ ਸਾਹਿਬ ਦੇ, ਤੇ ਹੁਣ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਲੈ ਕੇ ਚੱਲੇ ਹਾਂ ਜੀ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ। ਜਿਹੜੀ ਆਪਾਂ ਰੋਡ ਦੇ ਉੱਤੇ ਹੁਣ ਜਾ ਰਹੇ ਹਾਂ ਨਾ, ਇਹ ਆ ਜੀ ਕੀਰਤਪੁਰ ਸਾਹਿਬ ਨੂੰ ਸੜਕ ਜਾਂਦੀ ਆ, ਮਤਲਬ ਕੀਰਤਪੁਰ ਸਾਹਿਬ ਆਪਾਂ ਹੁਣ ਕ੍ਰੋਸ ਕਰ ਗਏ ਆ। ਵੀਡੀਓ ਆਪਾਂ ਥੋੜੀ ਜਿਹੀ ਲੇਟ ਸ਼ੁਰੂ ਕੀਤੀ ਆ। ਇਸ ਨੂੰ ਨਾ ਗੁਰੂ ਗੋਬਿੰਦ ਸਿੰਘ ਮਾਰਗ ਵੀ ਕਿਹਾ ਜਾਂਦਾ, ਜਿਹੜਾ ਆਪਾਂ ਇਧਰੋਂ ਆ ਰਹੇ ਹਾਂ। ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਦਾ ਡਿਸਟੈਂਸ ਸਾਰਾ 7 ਕਿਲੋਮੀਟਰ ਆ। ਇਦੋਂ ਬਾਅਦ ਆਪਾਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜਾਵਾਂਗੇ, ਤੇ ਪਰਿਵਾਰ ਵਿਛੋੜਾ ਸਾਹਿਬ ਉਹ ਸਥਾਨ ਆ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ, ਕਿਉਂਕਿ ਉਹਨਾਂ ਨੇ ਕਿਲਾ ਤਾਂ ਛੱਡਤਾ ਸੀ। ਕਿਲਾ ਛੱਡਣ ਤੋਂ ਬਾਅਦ ਜਿਹੜੀਆਂ ਉਹਨਾਂ ਨੇ ਸਾਹਾਂ ਖਾਧੀਆਂ ਸੀ ਉਹ ਮੁੱਕਰ ਗਏ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕੀਤਾ ਹੈ ਨਾ, ਤਾਂ ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਦੇ ਉੱਤੇ ਆ ਗਏ ਸੀ। ਰਾਤ ਨੂੰ ਸ਼ਾਮ ਪੈ ਗਈ ਸੀ ਤੇ ਉਸ ਤੋਂ ਬਾਅਦ ਕਹਿੰਦੇ ਸਵੇਰ ਤੱਕ ਨਾ ਮੁਗਲ ਫੌਜਾਂ ਉਹਨਾਂ ਦੇ ਪਿੱਛਾ ਕਰਦੀਆਂ ਕਰਦੀਆਂ ਪਹੁੰਚ ਗਈਆਂ ਸੀ। ਤਾਂ ਕਹਿੰਦੇ ਸਵੇਰ ਦਾ ਟਾਈਮ ਸੀ, ਆਸਾ ਦੀ ਵਾਰ ਦਾ ਕਹਿੰਦੇ ਕੀਰਤਨ ਚੱਲ ਰਿਹਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਵੀ ਨਾਗਾ ਨਹੀਂ ਪਾਇਆ, ਮਤਲਬ ਇੰਨੀ ਹੈ ਨਾ ਉਹਨਾਂ ਦੇ ਪਿੱਛੇ ਫੌਜ ਲੱਗਣ ਤੋਂ ਬਾਅਦ ਵੀ ਉਹਨਾਂ ਨੇ ਨਾਗਾ ਨਹੀਂ ਪਾਇਆ। ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਸੀ ਤੇ ਉਸ ਤੋਂ ਬਾਅਦ ਫਿਰ ਮੁਗਲ ਫੌਜਾਂ ਨੇ ਆ ਕੇ ਉਹਨਾਂ ਦੇ ਉੱਤੇ ਹਮਲਾ ਬੋਲਤਾ ਸੀ। ਤੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਪਰਿਵਾਰ ਸੀ ਨਾ, ਉਹ 4 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ। ਪਹਿਲਾਂ ਜਦੋਂ ਉਹਨਾਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਨਾ, ਮਾਤਾ ਗੁਜਰੀ ਜੀ ਦੇ ਨਾਲ ਸੀ ਛੋਟੇ ਸਾਹਿਬਜ਼ਾਦੇ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਦੇ ਨਾਲ ਸੀ ਭਾਈ ਮਨੀ ਸਿੰਘ ਜੀ, ਹੈ ਨਾ। ਤੇ ਜਿਹੜੇ ਵੱਡੇ ਸਾਹਿਬਜ਼ਾਦੇ ਸੀ ਉਹਨਾਂ ਦੇ ਨਾਲ ਸੀ ਭਾਈ ਉਦੇ ਸਿੰਘ ਜੀ ਜਿਹੜੀ ਮੇਨ ਅਗਵਾਈ ਕਰ ਰਹੇ ਸੀ, ਤੇ ਬਾਬਾ ਅਜੀਤ ਸਿੰਘ ਜੀ ਵੀ ਮੇਨ ਅਗਵਾਈ ਕਰ ਰਹੇ ਸੀ ਵੱਡੇ ਸਾਹਿਬਜ਼ਾਦਿਆਂ ਦੇ ਨਾਲ। ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਬਾਕੀ ਸਿੰਘ ਉੱਥੇ ਹੋਰ ਹੈਗੇ ਸੀ ਜਿਹੜੇ ਜਥੇ ਦੇ ਨਾਲ ਉੱਥੋਂ ਬਾਹਰ ਨਿਕਲੇ ਨੇ, ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਕਿ ਪਿਛਲੀ ਵੀਡੀਓ ਦੇ ਵਿੱਚ ਦੱਸਣਾ ਭੁੱਲ ਗਏ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਨਾ ਜਿਹੜੇ ਸਿੰਘ ਸੀ, ਜਿਹੜੇ ਮਤਲਬ ਅੰਦਰ ਭੁੱਖ ਨਹੀਂ ਸਹਾਰ ਸਕੇ, ਹੈ ਨਾ, ਤਕਲੀਫ ਜ਼ਿਆਦਾ ਹੋਈ ਜਾਂ ਤੰਗੀ ਪਰੇਸ਼ਾਨੀ ਹੋਈ, ਤਾਂ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਅਸੀਂ ਇਹ ਕਿਲਾ ਛੱਡਣਾ ਚਾਹੁੰਦੇ ਹਾਂ, ਤਾਂ ਉਹਨਾਂ ਨੇ ਵੀ ਫਿਰ ਗੁਰੂ ਗੋਬਿੰਦ ਸਿੰਘ ਨੂੰ ਬਦਾਵਾ ਲਿਖ ਕੇ ਦੇਤਾ ਸੀ ਤੇ ਕਿਹਾ ਸੀ ਕਿ ਅੱਜ ਤੋਂ ਅਸੀਂ ਤੁਹਾਡੇ ਸਿੰਘ ਨਹੀਂ, ਤੁਹਾਡੇ ਅਸੀਂ ਚੇਲੇ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ। ਉਹ ਭਾਈ ਮਹਾਂ ਸਿੰਘ ਜੀ ਨੇ ਬਦਾਵਾ ਲਿਖ ਕੇ ਦਿੱਤਾ ਸੀ। ਭਾਈ ਮਹਾਂ ਸਿੰਘ ਜੀ ਫਿਰ ਜਿਹੜੀ 40 ਮੁਕਤੇ ਹੋਏ ਨੇ, ਹੈ ਨਾ, ਅਨੰਦ ਮੁਕਤਸਰ ਸਾਹਿਬ ਦੇ ਵਿੱਚ ਜੰਗ ਹੋਈ ਆ, ਤਾਂ ਉੱਥੇ ਉਹਨਾਂ ਨੇ ਬਦਾਵਾ ਪਾੜਿਆ ਸੀ ਤੇ ਬਦਾਵਾ ਪਾੜਨ ਤੋਂ ਬਾਅਦ ਫਿਰ ਉੱਥੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਗੋਦ ਦੇ ਵਿੱਚ ਉਹਨਾਂ ਦਾ ਸਿਰ ਤੁਸੀਂ ਦੇਖਿਆ ਹੋਣਾ ਤਸਵੀਰ ਦੇ ਵਿੱਚ, ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਦੇ ਵਿੱਚ ਨਾ ਉਹਨਾਂ ਦਾ ਸਿਰ ਪਿਆ ਹੁੰਦਾ, ਤੇ ਗੁਰੂ ਗੋਬਿੰਦ ਸਿੰਘ ਜੀ ਆਪ ਆਪਣੇ ਹੱਥੀਂ ਉਹਨਾਂ ਦਾ ਬਦਾਵਾ ਪਾੜਦੇ ਨੇ ਭਾਈ ਮਹਾਂ ਸਿੰਘ ਜੀ ਦੇ ਕਹਿਣ ਦੇ ਉੱਤੇ, ਜਿਨ੍ਹਾਂ ਨੇ ਕਿ ਮੁਕਤਸਰ ਦੀ ਜੰਗ ਦੇ ਵਿੱਚ ਜੌਹਰ ਦਿਖਾਏ ਸੀ ਤੇ ਸ਼ਹੀਦੀ ਪ੍ਰਾਪਤ ਕੀਤੀ ਸੀ। ਮਤਲਬ ਕੇਰਾਂ ਤਾਂ ਗੁਰੂ ਤੋਂ ਬੇਮੁੱਖ ਹੋ ਗਏ ਸੀ ਪਰ ਬਾਅਦ ਦੇ ਵਿੱਚ ਉਹਨਾਂ ਨੇ ਆਪਦੀ ਭੁੱਲ ਬਖਸ਼ਾ ਲਈ ਸੀ। ਹੁਣ ਤੁਹਾਨੂੰ ਜਦੋਂ ਮੈਂ ਦੱਸ ਰਿਹਾ ਸੀ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਬਾਰੇ, ਹੈ ਨਾ, ਜਦੋਂ ਸਵੇਰੇ ਮੁਗਲ ਫੌਜਾਂ ਉੱਥੇ ਪਹੁੰਚ ਗਈਆਂ, ਤਾਂ ਫਿਰ ਸਰਸਾ ਨਦੀ ਸੀ ਜਿਹੜੀ ਗੁਰਦੁਆਰਾ ਪਰਿਵਾਰ ਵਿਛੋੜਾ, ਹੈ ਨਾ, ਜਿਹੜਾ ਬਣਿਆ ਹੋਇਆ ਸਰਸਾ ਨਦੀ ਦੇ ਕੰਢੇ 'ਤੇ ਬਣਿਆ ਹੋਇਆ, ਕਿਉਂਕਿ ਜਿਹੜਾ ਵਿਛੋੜਾ ਪਿਆ ਸੀ ਨਾ ਸਰਸਾ ਨਦੀ ਦੇ ਕੰਢੇ 'ਤੇ ਪਿਆ ਸੀ। ਸਰਸਾ ਨਦੀ ਉਸ ਟਾਈਮ ਬਹੁਤ ਚੜ੍ਹ ਕੇ ਆ ਰਹੀ ਸੀ, ਹੈ ਨਾ, ਹੜ੍ਹ ਆਇਆ ਹੋਇਆ ਸੀ, ਮੀਂਹ ਪੈ ਰਹੇ ਸੀ ਅਤੇ ਸਰਸਾ ਨਦੀ ਬਹੁਤ ਜ਼ਿਆਦਾ ਚੜ੍ਹੀ ਹੋਈ ਸੀ। ਸਰਸਾ ਨਦੀ ਦਾ ਪਾਣੀ ਇੰਨਾ ਚੜ੍ਹਿਆ ਹੋਇਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਐਡੇ ਬਲਸ਼ਾਲੀ ਸਿੰਘ ਯਾਰ, ਹੈ ਨਾ, ਐਡੇ ਐਡੇ ਉੱਚੇ ਉੱਚੇ ਲੰਬੇ ਲੰਬੇ ਯੋਧੇ ਉਹਨਾਂ ਨੂੰ ਘੋੜਿਆਂ ਸਮੇਤ ਵਹਾ ਕੇ ਲੈ ਗਈ ਸੀ ਸਰਸਾ ਨਦੀ। ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਹੱਥ ਦੇ ਵਿੱਚ ਨਾ ਕਾਫੀ ਉਹਨਾਂ ਦੇ ਹੱਥ ਲਿਖਤ ਗ੍ਰੰਥ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਸੀ, ਉਹ ਵੀ ਕਹਿੰਦੇ ਸਰਸਾ ਨਦੀ ਦੇ ਵਿੱਚ ਬਹਿ ਗਏ ਸੀ ਅਤੇ ਬਹੁਤ ਸਿੰਘ ਸਰਸਾ ਨਦੀ ਦੇ ਵਿੱਚ ਰੁੜ ਗਏ ਸੀ। ਅਤੇ ਭਾਈ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਦੇ ਨਾਲ ਸੀ, ਉਹਨਾਂ ਕੋਲੋਂ ਇਹ ਸਰਸਾ ਨਦੀ ਪਾਰ ਨਹੀਂ ਹੋਈ, ਕਿਉਂਕਿ ਉਹ ਸਾਹਿਬਜ਼ਾਦੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪਰ ਮਾਤਾ ਗੁਜਰ ਕੌਰ ਜੀ ਦੇ ਨਾਲ ਉਹ ਬੱਚੇ ਸੀ, ਹੈ ਨਾ, ਤਾਂ ਮਾਤਾ ਗੁਜਰ ਕੌਰ ਜੀ ਨੇ ਇਹ ਪਾਰ ਕਰਾਉਣਾ ਠੀਕ ਨਹੀਂ ਸਮਝਿਆ ਔਰ ਸਰਸਾ ਨਦੀ ਦੇ ਕੰਢੇ ਕੰਢੇ ਚੱਲ ਦੇ ਗਏ। ਅਤੇ ਉਹ ਸਰਸਾ ਨਦੀ ਦੇ ਕੰਢੇ ਕੰਢੇ ਚੱਲ ਕੇ ਪਹੁੰਚ ਗਏ ਕੁੰਮਾ ਮਾਸ਼ਕੀ ਵਾਲੀ ਸਾਈਡ ਨੂੰ, ਹੈ ਨਾ, ਜਿੱਥੇ ਗੁਰਦੁਆਰਾ ਸਾਹਿਬ ਕੁੰਮਾ ਮਾਸ਼ਕੀ ਬਣਿਆ ਹੋਇਆ, ਉਹ ਵੀ ਤੁਹਾਨੂੰ ਆਪਾਂ ਦਰਸ਼ਨ ਕਰਵਾਵਾਂਗੇ। ਅਤੇ ਵੱਡੇ ਸਾਹਿਬਜ਼ਾਦੇ ਅਤੇ ਗੁਰੂ ਗੋਬਿੰਦ ਸਿੰਘ ਜੀ ਉਹ ਸਰਸਾ ਨਦੀ ਪਾਰ ਕਰ ਗਏ ਸੀ, ਉਹ ਚਮਕੌਰ ਦੀ ਗੜੀ ਵੱਲ ਗਏ ਸੀ ਜਿੱਥੇ ਕਿ ਵੱਡੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਪ੍ਰਾਪਤ ਕਰ ਲਈ ਸੀ, ਚਮਕੌਰ ਦੀ ਗੜੀ ਵਾਲੇ ਪਾਸੇ ਗਏ ਸੀ, ਹੈ ਨਾ। ਅਤੇ ਉਸ ਤੋਂ ਬਾਅਦ ਫਿਰ ਚਮਕੌਰ ਦੀ ਗੜੀ 'ਚ ਵੀ ਉਹਨਾਂ ਨੂੰ ਘੇਰਾ ਪੈ ਗਿਆ ਸੀ ਨਾ, 10 ਲੱਖ ਦੀ ਫੌਜ ਨੇ ਉੱਥੇ ਵੀ ਘੇਰਾ ਪਾਇਆ ਸੀ। ਪਰ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਜਾ ਕੇ ਉਸ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ। ਅਤੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਉਹ ਕੁਛ ਕੁ ਸਿੰਘਾਂ ਨਾਲ ਰੋਪੜ ਵੱਲ ਚੱਲੇ ਗਏ ਸੀ, ਹੈ ਨਾ, ਰੋਪੜ ਤੋਂ ਬਾਅਦ ਉਹ ਦਿੱਲੀ ਵੱਲ ਨੂੰ ਚਲੇ ਗਏ ਸੀ। ਇਹ ਸਾਰੀ ਸੜਕ ਅਨੰਦਪੁਰ ਸਾਹਿਬ ਵਾਲੀ ਹੈ ਜੀ।
ਤੇ ਹਣਾ ਪੱਠਾ ਸਾਹਿਬ ਤੋਂ ਬਾਅਦ ਫਿਰ ਅੱਗੇ ਉਹਨਾਂ ਦਾ ਗੁਰੂ ਗੋਬਿੰਦ ਸਿੰਘ ਮਾਰਗ ਚੱਲਦਾ ਰਿਹਾ ਜਿਵੇਂ ਕਿ ਸਾਬੋ ਕੀ ਤਲਵੰਡੀ। ਜਦੋਂ ਤੁਸੀਂ ਰੋਪੜ ਤੋਂ ਆਨੰਦਪੁਰ ਸਾਹਿਬ ਨੂੰ ਜਾਂਦੇ ਉਹਨਾਂ ਦਾ ਰਾਹ ਦੇ ਵਿੱਚ ਦੋ ਨਹਿਰਾਂ ਆਉਂਦੀਆਂ ਨੇ, ਉਹਨਾਂ ਦੇ ਉੱਤੇ ਪੁਲ ਵੀ ਬਣੇ ਹੋਏ ਨੇ। ਉਹਨਾਂ ਦੇ ਵਿੱਚ ਨਾ ਇੱਕ ਨਹਿਰ ਮੈਂ ਤੁਹਾਨੂੰ ਅਸੀਂ ਅੱਜ ਦਿਖਾਵਾਂਗੇ, ਇੱਕ ਨਦੀ ਦਿਖਾਵਾਂਗੇ ਜਿਹਨੂੰ ਕਿ ਸਰਸਾ ਨਦੀ ਕਿਹਾ ਜਾਂਦਾ ਹਨਾ। ਆਪਾਂ ਬਹੁਤ ਵਾਰੀ ਨਾ ਉਹਦੇ ਕੋਲ ਦੀ ਲੰਘ ਜਾਂਦੇ ਆ ਪਰ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਉਹੀ ਸਰਸਾ ਨਦੀ ਆ ਜਿਹਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਾਂ ਜਿਹਦੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ। ਜੀ ਗੁਰਦੁਆਰਾ ਸਾਹਿਬ ਤੋਂ ਜਦੋਂ ਆਪਾਂ ਸੜਕ ਮੇਨ ਰੋਡ ਦੇ ਉੱਤੇ ਜਦੋਂ ਆਪਾਂ ਰੋਪੜ ਵੱਲ ਨੂੰ ਜਾਂਦੇ ਹਾਂ ਤਾਂ ਮੇਨ ਰੋਡ ਦੇ ਉੱਤੇ ਗੇਟ ਬਣਿਆ ਹੋਇਆ ਜੀ, ਇੱਕ ਤਾਂ ਗੇਟ ਇਹ ਬਣਿਆ ਹੋਇਆ ਪਰਿਵਾਰ ਵਿਛੋੜਾ ਸਾਹਿਬ ਦਾ, ਗੁਰਦੁਆਰਾ ਸਾਹਿਬ ਨੰਗਲ ਇੱਥੇ ਸ਼ਹਿਰ ਪੈ ਜਾਂਦਾ, ਪਿੰਡ ਪੈ ਜਾਂਦਾ ਅਤੇ ਇੱਕ ਗੇਟ ਨਾ ਪਰਲੇ ਪਾਸੇ ਬਣਿਆ ਹੋਇਆ ਅਤੇ ਉਸ ਪਿੰਡ ਦੇ ਨਾ ਗੱਡੀਆਂ ਦਾ ਜਾਣ ਦਾ ਰਾਹ ਨਹੀਂ ਹੈਗਾ। ਹੁਣ ਇੱਧਰ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਆਹ ਸਾਰੀਆਂ ਹੈ ਨਾ ਅਲੱਗ ਅਲੱਗ ਪੰਜਾਬ ਦੇ ਨੰਬਰ ਨੇ ਇਹ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਨੂੰ ਜਾਣ ਵਾਸਤੇ ਆ। ਜੇ ਤੁਸੀਂ ਅੰਦਰ ਮੱਥਾ ਟੇਕਣ ਜਾਣਾ ਤਾਂ ਮੇਨ ਗੇਟ ਤੋਂ ਆਹ ਦੇਖ ਲਿਓ ਕਿ ਜੇ ਤੁਸੀਂ ਰੋਪੜ ਵਾਲੇ ਪਾਸਿਓਂ ਆ ਰਹੇ ਹੋ ਤਾਂ ਦੂਜੇ ਗੇਟ ਵਿੱਚ ਦੀ ਐਂਟਰ ਕਰਨਾ, ਜੇ ਆਨੰਦਪੁਰ ਸਾਹਿਬ ਵਾਲੇ ਪਾਸਿਓਂ ਆ ਰਹੇ ਹੋ ਤਾਂ ਜਿਹੜਾ ਪਹਿਲਾ ਗੇਟ ਆਊਗਾ ਸਰਸਾ ਨੰਗਲ ਪਿੰਡ ਟੱਪਣ ਤੋਂ ਬਾਅਦ ਉੱਥੋਂ ਹੀ ਤੁਸੀਂ ਐਂਟਰ ਕਰਨਾ ਹੈ ਨਾ। ਪਹਿਲਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਵਾ ਕੇ ਲਿਆਉਣੇ ਆ ਅਤੇ ਆਹ ਇੱਕ ਪੁਲ ਆ ਜਾਂਦਾ ਇਹ ਅੰਡਰਗਰਾਊਂਡ ਜਾਂਦਾ ਪੁਲ ਗੁਰਦੁਆਰਾ ਸਾਹਿਬ ਨੂੰ, ਅਤੇ ਉਹ ਸਾਹਮਣੇ ਆ ਜੀ ਗੁਰਦੁਆਰਾ ਸਾਹਿਬ ਉੱਧਰਲੇ ਪਾਸੇ। ਗੁਰਦੁਆਰਾ ਸਾਹਿਬ ਬਹੁਤ ਚੜ੍ਹਾਈ ਦੇ ਉੱਤੇ ਬਣਿਆ ਹੋਇਆ ਅਤੇ ਕਿਉਂਕਿ ਇਹ ਹੈ ਸਾਰਾ ਏਰੀਆ ਨਾ ਇਹ ਪਹਾੜਾਂ ਵਾਲੀ ਆ, ਹੁਣ ਤਾਂ ਕੱਟ ਕੁੱਟ ਕੇ ਪਹਾੜ ਬਹੁਤ ਇੱਥੇ ਮਤਲਬ ਪੱਧਰ ਜ਼ਮੀਨ ਹੋ ਗਈ ਪਰ ਫਿਰ ਵੀ ਤੁਸੀਂ ਦੇਖੋਗੇ ਤਾਂ ਇੱਥੇ ਬਹੁਤ ਪਹਾੜੀ ਏਰੀਆ ਜ਼ਿਆਦਾ ਆ ਬਾਕੀ ਸ਼ਹਿਰਾਂ ਨਾਲੋਂ, ਬਾਕੀ ਪੰਜਾਬ ਨਾਲੋਂ। ਆਨੰਦਪੁਰ ਸਾਹਿਬ 'ਚ ਠੰਡ ਵੀ ਬਾਕੀਆਂ ਨਾਲੋਂ ਜ਼ਿਆਦਾ ਪੈਂਦੀ ਆ ਕਿਉਂਕਿ ਇਹ ਸਾਰਾ ਇਤਿਹਾਸ ਵੀ ਜਿਹੜਾ ਹੈਗਾ ਨਾ ਇਹ ਪੋਹ ਦੇ ਮਹੀਨੇ ਦੇ ਵਿੱਚ ਹੋਇਆ ਅਤੇ ਪੋਹ ਦਾ ਮਹੀਨਾ ਪੂਰਾ ਮਤਲਬ ਠੰਡਾ ਠਾਰ ਹੁੰਦਾ ਕੰਮ, ਪਰ ਜਦੋਂ ਪੋਹ ਦਾ ਮਹੀਨਾ ਚੜ੍ਹ ਜਾਂਦਾ ਨਾ ਉਦੋਂ ਇੱਥੇ ਦਿਖਣਾ ਬੰਦ ਹੋ ਜਾਂਦਾ, ਇੰਨੀਆਂ ਧੁੰਦਾਂ ਪੈਂਦੀਆਂ ਨੇ। ਸਾਹਿਬਜ਼ਾਦੇ ਨੇ ਸ਼ਹੀਦੀ ਵਾਲੇ ਦਿਨਾਂ ਦੇ ਵਿੱਚ ਤਾਂ ਵੈਸੇ ਹੀ ਪੰਜਾਬ ਦੇ ਵਿੱਚ ਠੰਡ ਬਹੁਤ ਪੈਂਦੀ ਹੈ ਜੀ, ਅਤੇ ਜੇ ਠੰਡ ਨਾ ਵੀ ਪਏ ਨਾ ਪੂਰਾ ਦਸੰਬਰ ਤਾਂ ਐਵ ਆਪਣੇ ਤਾਂ ਪੰਜਾਬ 'ਚ ਇਹੀ ਕਹਾਵਤ ਆ ਜੇ ਠੰਡ ਨਾ ਵੀ ਪਵੇ ਨਾ ਪੂਰਾ ਮਹੀਨਾ ਤਾਂ ਕਹਿਣਗੇ ਭਾਈ ਛੋਟੇ ਸਾਹਿਬਜ਼ਾਦੇ ਨੇ ਸ਼ਹੀਦੀ ਦਿਵਸ ਆਉਣ ਵਾਲੇ ਨੇ, ਉਦੋਂ ਠੰਡ ਪੈਣੀ ਪੈਣੀ ਹੈ। ਆਹ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆ ਜੀ, ਅਤੇ ਇਧਰਲੇ ਪਾਸੇ ਲਿਖਿਆ ਵੀ ਹੋਇਆ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ। ਹੁਣ ਆਪਾਂ ਚੱਲਦੇ ਹਾਂ ਅੰਦਰ ਇੱਥੋਂ ਅਤੇ ਹਜੇ ਸੰਗਤਾਂ ਨਾ ਅਸੀਂ ਸ਼ਹੀਦੀ ਜੋੜ ਮੇਲੇ ਤੋਂ ਪਹਿਲਾਂ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ, ਸੰਗਤਾਂ ਦਾ ਹਜੇ ਇਕੱਠ ਆਉਣਾ ਇੱਥੇ ਸ਼ੁਰੂ ਨਹੀਂ ਹੋਇਆ ਜੀ। ਉਹ ਜੀ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਆਪਾਂ ਪਹੁੰਚ ਕੇ ਇੱਧਰਲੇ ਪਾਸੇ ਤੁਹਾਨੂੰ ਪਹਿਲਾਂ ਇਤਿਹਾਸ ਦਾ ਬੋਰਡ ਦਿਖਾ ਦਿਆ, ਇਤਿਹਾਸ ਦੇ ਬੋਰਡ ਦੇ ਉੱਤੇ ਸਾਰਾ ਲਿਖਿਆ ਹੋਇਆ ਕਿ ਅੰਮ੍ਰਿਤ ਵੇਲੇ ਜਦੋਂ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਤਾਂ ਬਾਈ ਧਾਰ ਦੇ ਪਹਾੜੀ ਰਾਜੇ ਅਤੇ ਮੁਗਲ ਫੌਜਾਂ ਨੇ ਕਸਮਾਂ ਤੋੜ ਹੱਲਾ ਬੋਲਤਾ, ਇਹ ਸਾਰਾ ਇਤਿਹਾਸ ਦੇ ਬੋਰਡ 'ਤੇ ਇੱਧਰ ਲਿਖਿਆ ਹੋਇਆ। ਅਤੇ ਹੁਣ ਤੁਹਾਨੂੰ ਆਪਾਂ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲਾ ਕਰਵਾਉਣੇ, ਇਹ ਮਤਲਬ ਇਹ ਲੋਕੇਸ਼ਨ ਉਹ ਥਾਂ ਦੀ ਯਾਦ ਦੇ ਵਿੱਚ ਬਣਾਈ ਹੋਈ ਹੈ ਜਦੋਂ ਇੱਥੇ ਪਰਿਵਾਰ ਵਿਛੋੜਾ ਹੋਇਆ ਸੀ ਹੈ ਨਾ, ਉੱਪਰ ਚੜ੍ਹ ਕੇ ਪੌੜੀਆਂ ਬਣਿਆ ਹੋਇਆ ਘੱਟੋ ਘੱਟ 70-80 ਪੌੜੀਆਂ ਹੋਣਗੀਆਂ, ਉੱਪਰ ਜਾ ਕੇ ਤੁਹਾਨੂੰ ਆਪਾਂ ਦਰਸ਼ਨ ਮੇਲਾ ਕਰਵਾ ਦਿੰਦੇ ਜੀ ਗੁਰਦੁਆਰਾ ਸਾਹਿਬ ਦਾ। ਪੌੜੀਆਂ ਚੜ੍ਹਦੀਆਂ ਨੇ, ਚਾਰ ਦੀਵਾਰੀ ਬਣੀ ਹੋਈ ਹੈ, ਇਹਦਾ ਭੁਲੇਖਾ ਜਿਵੇਂ ਗੁਰਦੁਆਰਾ ਗੁਰੂ ਕਾ ਲਾਹੌਰ ਬਣਿਆ ਹੋਇਆ ਨਾ ਜਿੱਥੇ ਗੁਰੂ ਗੋਬਿੰਦ ਸਿੰਘ ਦਾ ਵਿਆਹ ਹੋਇਆ ਸੀ ਉੱਥੇ ਵੀ ਐਵੇਂ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ, ਉੱਪਰ ਸ਼ੈੱਡ ਪਾਇਆ ਹੋਇਆ, ਉੱਚੀਆਂ ਥਾਵਾਂ 'ਤੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਜਿਵੇਂ ਠੰਡਾ ਬੁਰਜ ਤਾਂ ਵੈਸੇ ਉੱਚਾ ਬਣਿਆ ਹੋਇਆ ਸੀ, ਉਹਦੇ ਉੱਪਰ ਵੀ ਐਂ ਸ਼ੈੱਡ ਪਾ ਕੇ ਪੌੜੀਆਂ ਬਣੀਆਂ ਹੋਈਆਂ ਨੇ। ਅਤੇ ਅੱਜ ਸਵੇਰ ਦੇ ਅਸੀਂ ਪੌੜੀਆਂ ਚੜ੍ਹ ਰਹੇ ਹਾਂ, ਪਹਿਲਾਂ ਸਵੇਰੇ ਅਸੀਂ ਬੌਲੀ ਸਾਹਿਬ ਦੇ ਦਰਸ਼ਨ ਕਰਕੇ ਆਏ, 132 ਪੌੜੀਆਂ ਉਹ ਸੀ। ਆਨੰਦਪੁਰ ਸਾਹਿਬ ਜੋ ਤੁਸੀਂ ਜਾਂਦੇ ਹੋ ਤੁਹਾਨੂੰ ਉੱਪਰ ਨੀਚੇ ਚੜ੍ਹਨਾ ਹੀ ਪੈਂਦਾ ਜੀ। ਹੋ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਵਿਊ, ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਵਿੱਚ ਵਿਛੋੜਾ ਪਿਆ ਸੀ। ਇਹ ਹੈ ਜੀ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਦਾ ਵਿਊ ਹੈ ਨਾ, ਸਰਸਾ ਨਦੀ ਉੱਧਰਲੇ ਪਾਸੇ ਚੱਲ ਰਹੀ ਆ ਅਤੇ ਉਹ ਟਾਈਮ ਬਹੁਤ ਚੌੜੀ ਹੋਈ ਸੀ ਇਹ ਸਰਸਾ ਨਦੀ, ਬਹੁਤ ਚੌੜੀ ਸੀ ਹੈ ਨਾ, ਅਤੇ ਹੁਣ ਥੋੜ੍ਹੀ ਜਿਹੀ ਪਿੱਛੇ ਹਟਵੀਂ ਹੋ ਗਈ ਕਿਉਂਕਿ ਲੋਕਾਂ ਨੇ ਘਰ ਪਾਲੇ ਜਾਂ ਫਸਲਾਂ ਬੀਜ ਲਈਆਂ। ਅਤੇ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਤੁਹਾਨੂੰ ਇੱਕ ਵਾਰੀ ਵਿਊ ਦਿਖਾ ਦਾਂ ਜੀ ਮੈਂ, ਰਾਤ ਨੂੰ ਟਰੱਕਾਂ ਵਾਲੇ ਵੀਰ ਵੀ ਆਏ ਨੇ ਆਰਾਮ ਰੂਮ ਕਰਦੇ ਨੇ। ਇਹ ਮਤਲਬ ਇਹ ਨਾ ਇਸ ਜਗ੍ਹਾ ਦੇ ਉੱਤੇ ਜਦੋਂ ਵਿਛੋੜਾ ਪਿਆ ਚਾਰ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ, ਪਰਿਵਾਰ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੇ ਨਾਲ ਚਲੇ ਗਏ ਸੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ ਦੇ ਨਾਲ ਰੋਪੜ ਵੱਲ ਨੂੰ ਚਲੇ ਗਏ ਸੀ, ਫਿਰ ਦਿੱਲੀ ਵੱਲ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦੇ ਅਤੇ ਉਹਨਾਂ ਦੇ ਨਾਲ ਸੀ ਹੈ ਨਾ। ਬਾਕੀ ਜਿਹੜੇ ਸਿੰਘ ਹੈਗੇ ਸੀ ਜੀ ਸਰਸਾ ਨਦੀ ਦੇ ਵਿੱਚ ਰੁੜ ਗਏ ਸੀ ਕਿਉਂਕਿ ਸਰਸਾ ਨਦੀ ਦਾ ਵਹਾਅ ਬਹੁਤ ਤੇਜ਼ ਸੀ, ਸਰਸਾ ਨਦੀ ਬਹੁਤ ਇੱਥੇ ਤੱਕ ਫੈਲੀ ਹੋਈ ਸੀ, ਹੁਣ ਤਾਂ ਮਤਲਬ ਇੱਥੇ ਲੋਕਾਂ ਨੇ ਫਸਲਾਂ ਜਾਂ ਜੰਗਲ ਹੋ ਗਿਆ ਹੈ ਨਾ, ਜਾਂ ਜ਼ਮੀਨ ਪੱਧਰ ਹੋ ਗਈ ਸਾਰੀ ਕਿਉਂਕਿ ਸਰਸਾ ਨਦੀ ਹੁਣ ਜਮਾਂ ਸੁੱਕੀ ਹੋਈ ਆ। ਉਹਦੇ ਵੀ ਤੁਹਾਨੂੰ ਆਪਾਂ ਅੱਗੇ ਜਾ ਕੇ ਦਰਸ਼ਨ ਕਰਵਾਉਣੇ ਆ, ਸਰਸਾ ਨਦੀ ਦਿਖਾਉਣੇ ਆ ਜੀ।
ਉਹ ਜੀ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਦੇ ਅਤੇ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਹੁਣ ਆਪਾਂ ਪਹੁੰਚੇ ਜੀ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੇ ਨਾਲ ਪਰਿਵਾਰ ਦਾ ਵਿਛੋੜਾ ਪੈ ਜਾਂਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਵੱਡੇ ਸਾਹਿਬਜ਼ਾਦੇ ਨਾਲ ਚਮਕੌਰ ਦੀ ਗੜੀ ਵੱਲ ਚਲੇ ਜਾਂਦੇ ਨੇ ਉਹ ਇਤਿਹਾਸ ਅਲੱਗ ਤੋਂ ਜਿਹੜਾ ਆਪਾਂ ਇਤਿਹਾਸ ਕਵਰ ਕਰ ਰਹੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਮਾਰਗ ਨੂੰ ਆਪਾਂ ਕਵਰ ਕਰ ਰਹੇ ਹਾਂ ਤਾਂ ਆਨੰਦਗੜ੍ਹ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਪਰਿਵਾਰ ਵਿਛੋੜਾ ਵਾਲੀ ਥਾਂ ਦੇ ਉੱਤੇ ਆਉਂਦੇ ਨੇ ਉਹ ਸਰਸਾ ਨਦੀ ਦੇ ਕੰਢੇ ਦੇ ਉੱਤੇ ਇਸ ਤੋਂ ਬਾਅਦ ਤੁਹਾਨੂੰ ਆਪਾਂ ਸਰਸਾ ਨਦੀ ਵੀ ਦਿਖਾਵਾਂਗੇ ਕਿਉਂਕਿ ਪਰ ਗੁਰਦੁਆਰਾ ਪਰਿਵਾਰ ਵਿਛੋੜਾ ਦਾ ਜਿਹੜਾ ਇਤਿਹਾਸ ਹੈ ਨਾ ਉਹ ਸਰਸਾ ਨਦੀ ਦੇ ਨਾਲ ਜੁੜਿਆ ਹੋਇਆ ਹੈ ਨਾ ਸਰਸਾ ਨਦੀ ਦਿਖਾਉਣ ਤੋਂ ਬਾਅਦ ਤੁਹਾਨੂੰ ਜਿੱਥੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਦੀ ਚਲੇ ਜਾਂਦੇ ਨੇ ਅਲੱਗ ਤੋਂ ਹੈ ਨਾ ਕੁੰਮਾ ਮਾਸ਼ਕੀ ਦੀ ਛੰਨ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਮੇਲਾ ਕਰਵਾਵਾਂਗੇ ਕੁੰਮਾ ਮਾਸ਼ਕੀ ਦੇ ਮਿਲਣ ਤੋਂ ਬਾਅਦ ਫਿਰ ਕਿਵੇਂ ਉਹਨਾਂ ਨੂੰ ਗੰਗੂ ਬਾਹਮਣ ਅੱਗੇ ਲੈ ਕੇ ਜਾਂਦਾ ਹੈ ਨਾ ਉਹਨਾਂ ਦਾ ਪਿੰਡ ਗੁਰਦੁਆਰਾ ਕੋਤਵਾਲੀ ਸਾਹਿਬ ਸਾਰਾ ਆਪਾਂ ਅੱਗੇ ਅੱਗੇ ਦਿਖਾਉਂਦੇ ਜਾਵਾਂਗੇ ਇਸ ਵੀਡੀਓ ਦੇ ਵਿੱਚ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਅਤੇ ਸਰਸਾ ਨਦੀ ਦਿਖਾਵਾਂਗੇ ਜਦੋਂ ਆਪਾਂ ਰੋਪੜ ਤੋਂ ਆਨੰਦਪੁਰ ਸਾਹਿਬ ਨੂੰ ਜਾਂਦੇ ਤਾਂ ਰਾਹ ਵਿੱਚ ਦੀ ਆਪਾਂ ਬਹੁਤ ਵਾਰੀ ਇਸ ਨਦੀ ਦੇ ਉੱਪਰ ਦੀ ਲੰਘ ਕੇ ਜਾਂਦੇ ਹਾਂ ਉਹ ਸਰਸਾ ਨਦੀ ਉਦੋਂ ਬੜੇ ਵੱਡੇ ਲੈਵਲ 'ਤੇ ਚੌੜੀ ਫੈਲੀ ਹੋਈ ਸੀ ਮਤਲਬ ਹੁਣ ਉਹ ਬਾਹਲੀ ਥੋੜ੍ਹੀ ਜਿਹੀ ਗੁਰਦੁਆਰਾ ਸਾਹਿਬ ਤੋਂ ਪਿੱਛੇ ਹਟ ਗਈ ਆ ਹੈ ਨਾ ਇਹ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਅਤੇ ਹੁਣ ਤੁਹਾਨੂੰ ਸਰਸਾ ਨਦੀ ਦਿਖਾ ਕੇ ਇਸ ਵੀਡੀਓ ਨੂੰ ਨਾ ਆਪਾਂ ਇੱਥੇ ਖਤਮ ਕਰਕੇ ਅਤੇ ਬਾਕੀ ਦਾ ਇਤਿਹਾਸ ਜਿਹੜਾ ਹੈਗਾ ਜੀ ਉਹ ਕੁੰਮਾ ਮਾਸ਼ਕੀ ਦੀ ਛੰਨ ਤੋਂ ਤੀਜੀ ਵੀਡੀਓ ਆਪਾਂ ਸ਼ੁਰੂ ਕਰਾਂਗੇ ਜੋ ਕਿ ਛੋਟੇ ਸਾਹਿਬਜ਼ਾਦੇ ਦੇ ਮਾਤਾ ਗੁਜਰ ਕੌਰ ਜੀ ਸ਼ਹੀਦੀ ਮਾਰਗ ਨੂੰ ਆਪਾਂ ਸਾਰਾ ਕਵਰ ਕਰਦੇ ਹੋਏ ਤੁਹਾਡੇ ਸਾਹਮਣੇ ਇਹ ਸਾਰਾ ਹੈ ਨਾ ਪੇਸ਼ ਕਰਾਂਗੇ ਇਤਿਹਾਸ ਲਓ ਜੀ ਹੁਣ ਸਾਹਮਣੇ ਜਿਹੜੀ ਤੁਸੀਂ ਆਹ ਨਦੀ ਦੇਖ ਰਹੇ ਹੋ ਨਾ ਸੁੱਕੀ ਪਈ ਆ ਪਾਣੀ ਸਿਰਫ ਥੋੜ੍ਹਾ ਜਿਹਾ ਉੱਥੇ ਖੜਾ ਇਹ ਆ ਉਹ ਸਰਸਾ ਨਦੀ ਹੈ ਨਾ ਜਦੋਂ ਤੁਸੀਂ ਰੋਪੜ ਤੋਂ ਜਾਂਦੇ ਆਨੰਦਪੁਰ ਸਾਹਿਬ ਨੂੰ ਆ ਸਾਹਮਣੇ ਦੇਖ ਲਓ ਯਾਰ ਇਹੋ ਜਿਹਾ ਪੁਲ ਆਉਂਦਾ ਇੱਕ ਪਰਲੇ ਪਾਸੇ ਪੁਲ ਇਹਦੇ ਪਿਆ ਹੋਇਆ ਨਾ ਉਹ ਸ਼ੈੱਡ ਲੱਗੇ ਹੋਏ ਨੇ ਲੋਹੇ ਦੇ ਹੈ ਨਾ ਉਹ ਪੁਲ ਤੋਂ ਵੀ ਤੁਸੀਂ ਲੰਘ ਕੇ ਜਾਂਦੇ ਤਾਂ ਆਹ ਸਾਰੀ ਸਰਸਾ ਨਦੀ ਆ ਭਾਈ ਹੈ ਤਾਂ ਇਹ ਇੰਨੀ ਕੁ ਲੱਗ ਰਹੀ ਆ ਦੇਖਣ ਨੂੰ ਪਰ ਉਦੋਂ ਇਹ ਬਹੁਤ ਦੂਰ ਤੱਕ ਫੈਲੀ ਹੋਈ ਸੀ ਇੱਥੋਂ ਜੇ ਹਿਸਾਬ ਲਾਈਏ ਤਾਂ ਆਪਾਂ ਕਿਲੋਮੀਟਰ ਦੇ ਨੇੜੇ ਤੇੜੇ ਗੁਰਦੁਆਰਾ ਸਾਹਿਬ ਹੋਣਾ ਪਰਿਵਾਰ ਵਿਛੋੜਾ ਸਾਹਿਬ ਹੈ ਨਾ ਤਾਂ ਉੱਥੋਂ ਤੋਂ ਲੈ ਕੇ ਇੱਥੇ ਤੱਕ ਇਹ ਸਾਰੀ ਫੈਲੀ ਹੋਈ ਸੀ ਬਹੁਤ ਦਰਿਆ ਟਾਈਪ ਵਾਂਗੂ ਵਗਦੀ ਸੀ ਜਦੋਂ ਉਹ ਟਾਈਮ ਇਹ ਪਾਣੀ ਚੜ੍ਹਿਆ ਹੋਇਆ ਸੀ ਅਤੇ ਮੀਂਹ ਪੈ ਰਹੇ ਸੀ ਹੈ ਨਾ ਉਦੋਂ ਦਾ ਇਹ ਜਿਹੜਾ ਇੱਥੇ ਇਤਿਹਾਸ ਵਾਪਰਿਆ ਹੈ ਨਾ ਇਹ ਸਰਸਾ ਨਦੀ ਆ ਜੀ ਅਸਲੀ ਜਿਹੜੀ ਐਗਜੈਕਟ ਲੋਕੇਸ਼ਨ ਆ ਪਰਸੇ ਪਰਲੇ ਪਾਸੇ ਵੀ ਇੱਕ ਨਦੀ ਚੱਲ ਰਹੀ ਆ ਉਹ ਵੀ ਸੁੱਕੀ ਹੋਈ ਆ ਪਰ ਉਹ ਸਾਰੀ ਇਕੱਠੀਆਂ ਹੀ ਹੁੰਦੀਆਂ ਜੋ ਸਰਸਾ ਨਦੀ ਦਾ ਪਾਣੀ ਚੜ੍ਹਿਆ ਹੋਇਆ ਸੀ ਹੈ ਨਾ ਜ਼ਰੂਰ ਤੁਹਾਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਇਹ ਨਹੀਂ ਹੈਗਾ ਵੀ ਇੱਥੇ ਤੁਸੀਂ ਮੱਥੇ ਟੇਕਣ ਲੱਗ ਜਾਓ ਜਾਂ ਹੋਰ ਇਹ ਸਿਰਫ ਇਤਿਹਾਸ ਨਾਲ ਸਰਸਾ ਨਦੀ ਜੁੜਦੀ ਆ ਤਾਂ ਕਰਕੇ ਤੁਹਾਨੂੰ ਇਹ ਜਗ੍ਹਾ ਵੀ ਆਪਾਂ ਦਿਖਾਈ ਹੈ ਸਰਸਾ ਨਦੀ ਵੀ ਦਿਖਾਈ ਆ ਇਸ ਸਰਸਾ ਨਦੀ ਦੇ ਕੰਢੇ 'ਤੇ ਖੜ ਕੇ ਆਪਾਂ ਇਸ ਵੀਡੀਓ ਦੀ ਸਮਾਪਤੀ ਕਰ ਰਹੇ ਹਾਂ ਹੁਣ ਇਸ ਤੋਂ ਬਾਅਦ ਤੁਹਾਨੂੰ ਲੈ ਕੇ ਚੱਲਾਂਗੇ ਜੀ ਆਪਾਂ ਕੁੰਮਾ ਮਾਸ਼ਕੀ ਦੀ ਛੰਨ ਜਿੱਥੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਰਾਤ ਕੱਟੀ ਸੀ ਅਤੇ ਕੁੰਮਾ ਮਾਸ਼ਕੀ ਦੇ ਨਾਲ ਕੀ ਇਤਿਹਾਸ ਜੁੜਿਆ ਹੋਇਆ ਹੈ ਨਾ ਉਹਦੇ ਵੀ ਤੁਹਾਨੂੰ ਆਪਾਂ ਦਰਸ਼ਨ ਕਰਵਾਉਣੇ ਆ ਅਤੇ ਬਹੁਤ ਮਤਲਬ ਹਜੇ ਥੋੜ੍ਹਾ ਟਾਈਮ ਹੀ ਹੋਇਆ ਉਸ ਸਥਾਨ ਨੂੰ ਵੀ ਕਹਿੰਦੇ ਪ੍ਰਗਟ ਹੋਏ ਨੂੰ ਪਹਿਲਾਂ ਉਹ ਜਗ੍ਹਾ ਦਾ ਪਤਾ ਨਹੀਂ ਸੀ ਕਿਸੇ ਨੂੰ ਉਹਦਾ ਇਤਿਹਾਸ ਉਹਨੂੰ ਉੱਥੇ ਜਾ ਕੇ ਆਪਾਂ ਦੱਸਦੇ ਹਾਂ ਜੀ